जिला तरन तारण के सिविल होस्पिटल विखे डॉक्टरों वालों अपने NPA पत्ते नूं लैके पंजाब सरकार खिलाफ रोस प्रदर्शन किया गया और जम के नारेबाजी की गई और मांग की गई कि उन्हां दी मंगां नूं जल्द तो जल्द पूरा किया जाए, नहीं तो संघर्ष होर तेज किया जाएगा। इस मौके डॉक्टर जसप्रीत सिंह, डॉक्टर सुखराज सिंह भी मौजूद सन। इस मौके होस्पिटल विखे आए मरीजों नूं डॉक्टर ना मिलन कारण काफ़ी परेशानियों का सामना करना पिया है। मेडिसिन लेनी सी सर, अद्धे घंटे तो अभी खड़े हाँ। मुलाजमान जिहड़ियां मंगां वा सरकार पूरियां करे ते इह अपना ड्यूटी करन। जनता बहुत खज्जल खराब होण दई है। इत्थे सर खलोते हैगे सारे बजुर्ग भी बेचारे खड़ोते नाल, ते बहुत परेशान आ। बजुर्ग माता वा, बजुर्ग बंदे भी आ, ते बहुत परेशान होण दे। इहनां दीआं मंगां मन्नण सरकार ते इह आपदी ड्यूटी करन ते मेडिसिन देण, दवाई लोक आपदे घरां नूं दवाई लैके जाण, खाली जाण दे। ਇਹਦੀ ਬਹੁਤ ਕਈ ਵਾਰ ਮੁੜ ਕੇ ਇੱਥੋਂ ਗਏ ਆ, ਕੋਈ ਜੇ ਆਈਦਾ ਤਾਂ ਦਵਾਈ ਨਹੀਂ। ਕੋਟ ਬੁੱਢੇ ਲਾਗੇ ਪਿੰਡ ਆ, ਪੱਟੀ ਬਲਾਕ ਆ, ਬਹੁਤ ਮੰਦਾ ਹਾਲ ਆ ਇੱਥੇ। ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਅਤੇ ਕੋਈ ਇੱਥੇ ਬੰਦੋਬਸਤ ਨਹੀਂ ਦਵਾਈ ਦਾ, ਕੋਈ ਗੱਲ ਨਹੀਂ। ਅਤੇ ਬੜਾ ਖਰਾਬ ਹੋਈਦਾ ਬਹੁਤ। ਮਿਹਰਬਾਨੀ ਕਰਕੇ ਆ ਮੰਗਾਂ ਮੰਨ ਕੇ ਅਤੇ ਸਾਨੂੰ ਖਰਾਬ ਨਾ ਕਰਨ ਜਨਤਾ ਨੂੰ। ਅੱਜ ਸਾਡੀ ਸਟ੍ਰਾਈਕ ਜਿਹੜੀ ਸਟੇਟ ਬਾਡੀ ਵੱਲੋਂ ਅਨਾਊਂਸ ਸੀ, ਉਹਦਾ ਤੀਸਰਾ ਦਿਨ ਆ। ਸਾਡੀ ਬੇਸਿਕ ਡਿਮਾਂਡ ਇਹ ਆ ਕਿ ਜਿਹੜਾ ਨਵਾਂ ਪੇ ਕਮਿਸ਼ਨ, 6th ਪੇ ਕਮਿਸ਼ਨ ਸਰਕਾਰ ਨੇ ਅਨਾਊਂਸ ਕੀਤਾ, ਉਹਦੇ ਵਿੱਚ ਸਾਡੇ ਸਾਰੇ ਡਾਕਟਰਸ ਦੇ ਨਾਲ ਬਹੁਤ ਧੱਕਾ ਕੀਤਾ ਗਿਆ ਹੈ। ਇੱਕ ਤਾਂ ਸਾਡਾ NPA ਘਟਾ ਦਿੱਤਾ ਗਿਆ ਹੈ, 25 ਤੋਂ 20% ਕਰ ਦਿੱਤਾ ਗਿਆ ਹੈ, ਔਰ 20% ਵੀ ਜਿਹੜਾ ਸਾਡਾ ਬੇਸਿਕ ਪੇ ਦਾ ਪਾਰਟ ਹੁੰਦਾ ਸੀ ਉਹ ਤੋਂ ਡੀਲਿੰਕ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਜਿਹੜੀਆਂ DA ਦੀਆਂ ਪੁਰਾਣੀਆਂ ਕਿਸ਼ਤਾਂ ਵਾ ਔਰ ਜਿਹੜੇ ਨਵਾਂ DA ਆ ਸੈਂਟਰ ਸਕੇਲ ਦੇ ਹਿਸਾਬ ਨਾਲ ਉਹ ਵੀ ਨਹੀਂ ਲਾਗੂ ਹੋ ਰਿਹਾ। ਇਸ ਤੋਂ ਇਲਾਵਾ ਜਿਹੜੇ ਸਾਡੇ ਅਲਾਉਂਸਿਸ ਨੇ ਉਹਨੂੰ 0.8 ਦਾ ਫੈਕਟਰ ਲਾ ਕੇ ਅਤੇ ਉਹਨੂੰ ਘਟਾ ਦਿੱਤਾ ਗਿਆ ਹੈ, ਜਿਹਦੇ ਕਰਕੇ ਸਾਰੇ ਡਾਕਟਰਾਂ ਨੂੰ ਨੁਕਸਾਨ ਹੈ।